ਆ ਗਿਆ ਘਰੇ? ਡੈਡੀ ਕਿੱਥੇ ਗਿਆ ਸੀ? ਫਰੈਂਡ ਨਾਲ ਸੀ। ਸਾਲਿਆ ਸਾਰੀ ਦੁਨੀਆ ਘਰੇ ਬੈਠੀ ਹੈ ਕਰੋਨਾ ਕਰਕੇ ਤੇ ਤੂੰ ਬਾਹਰ ਕੁੱਤਿਆਂ ਵਾਂਗੂ ਘੁੰਮੀ ਜਾਂਦਾ। ਗੌਰਮੈਂਟ ਕਹਿੰਦੀ ਇੱਕ ਦੂਜੇ ਤੋਂ ਤੁਸੀਂ 6 ਫੁੱਟ ਦੂਰ ਹੋ ਤੇ ਤੂੰ 6 ਫੁੱਟ ਛੱਡ ਤੇ ਤੁਸੀਂ 6 ਇੰਚ ਦੀ ਦੂਰ ਹੈ ਹੁੰਦਾ। ਆਪਣੇ ਫਰੈਂਡ ਨੂੰ ਜੱਪੀਆਂ ਤੇ ਪੱਪੀਆਂ ਦਿੰਦਾ ਹੈ। ਡੈਡੀ ਮਾਸਕ ਲਾ ਕੇ ਪੱਪੀ ਦਿੰਦਾ। ਤੈਨੂੰ ਅੱਗ ਲੱਗੀ ਆ ਤੇ ਤੂੰ ਦੂਰ ਨਹੀਂ ਰਹਿ ਹੁੰਦਾ। ਡੈਡੀ ਮੈਨੂੰ ਕੁਛ ਨਹੀਂ ਹੋਣਾ। ਤੈਨੂੰ ਲੱਗਦਾ ਮੈਂ ਤੇਰੇ ਬਾਰੇ ਸੋਚਦਾ ਹਾਂ? ਮੈਂ ਤਾਂ ਆਪਣੇ ਬਾਰੇ ਸੋਚਦਾ ਹਾਂ। ਤੈਨੂੰ ਕੁਛ ਹੋ ਜਾਵੇ, ਤੇਰੀ ਮਾਂ ਨੂੰ ਕੁਛ ਹੋ ਜਾਵੇ, ਤੇਰੇ ਭਾਪੀ ਨੂੰ ਕੁਛ ਹੋ ਜਾਵੇ, ਮੈਨੂੰ ਨਹੀਂ ਕੇਅਰ। ਮੈਂ ਆਪਣੀ ਜ਼ਿੰਦਗੀ ਜਿਉਣਾ ਚਾਹਣਾ ਹੈ, ਮੈਂ ਆਪਣਾ ਵਿਆਹ ਕਰਵਾਉਣਾ ਚਾਹਣਾ ਹੈ। ਪਰ ਤੁਹਾਡਾ ਵਿਆਹ ਹੋਇਆ ਵਾ। ਮੈਂ ਦੂਜਾ, ਤੀਜਾ, ਚੌਥਾ ਵਿਆਹ ਅਜੇ ਕਰਾਉਣਾ ਹੈ। ਤੈਨੂੰ ਲੱਗਦਾ ਮੈਂ ਇਹਦੇ ਨਾਲ ਕੀ ਕਹਿ ਰਹਿਣਾ? ਉੱਥੇ ਰਹਿ, ਉੱਥੇ ਰਹਿ, ਕਰੋਨਾ ਗੋ, ਕਰੋਨਾ ਗੋ। ਮੈਂ ਤਾਂ ਤੇਰੀ ਮਾਂ ਨਾਲ ਗੰਦੇ ਕੰਮ ਕਰਨੇ ਛੱਡੇ ਆ। ਇੰਨਾ ਸੀਰੀਅਸ ਮੈਟਰ ਆ ਇਹ। ਰਿਲੈਕਸ। ਸੁੱਖੀ ਦਾ ਮੁੰਡਾ ਦੋਸਤਾਂ ਨਾਲ ਘੁੰਮਦਾ ਸੀ, ਜਦੋਂ ਘਰ ਆਇਆ ਇੱਕ ਵਾਰੀ ਖੰਘਿਆ, ਸਾਰਾ ਪਰਿਵਾਰ ਡੈਡ। ਵਾਓ। ਚਲੋ, ਪਰ ਜੇ ਮੈਂ ਤੈਨੂੰ ਆਪਣੇ ਕਮਰੇ ਚੋਂ ਬਾਹਰ ਦੇਖ ਲਿਆ, ਮੈਂ ਤੇਰੀ ਗੋਲੀ ਮਾਰ ਦਿੰਦਾ। ਕਿੱਦਾਂ ਯਾਰ? ਹਾਂ ਹਾਂ, ਆ ਜਾਓ। ਇਕੱਲੇ ਨੇ ਕਾਹਦੇ ਜਾਣਾ, ਸਾਰਾ ਪਰਿਵਾਰ ਲੈ ਕੇ ਆ, ਆਪਣਾ ਡੌਗੀ ਵੀ ਲਿਆਈ।